ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਆਪ ਸਭ ਕੋ ਬਹੁਤ ਬਹੁਤ ਨਮਸਕਾਰ। ਅੱਜ ਇਹ ਬੜਾ ਪਾਵਨ ਪਰਵ ਹੈ, ਬਹੁਤ ਪਵਿੱਤਰ ਮੌਕਾ ਹੈ, ਔਰ ਮੈਂ ਆਪਣੇ ਆਪ ਕੋ ਬਹੁਤ ਬਲੈਸਡ ਮਹਿਸੂਸ ਕਰ ਰਹਾ ਹੂੰ। ਵਾਹਿਗੁਰੂ ਕੀ ਬੜੀ ਮਿਹਰ ਹੈ ਮੇਰੇ ਉੱਪਰ ਕਿ ਅੱਜ ਸਾਢੇ 500 ਸਾਲ ਕਾ ਜਬ ਪੂਰੀ ਦੁਨੀਆ ਮੇ ਆਯੋਜਨ ਹੋ ਰਹਾ ਹੈ, ਜਲਸਾ ਚੱਲ ਰਹਾ ਹੈ, ਵੈਸੇ ਮੌਕੇ ਪਰ ਹਮ ਦੇਸ਼ ਕੀ ਰਾਜਧਾਨੀ ਮੇ ਔਰ ਇਤਨੇ ਇੰਪੋਰਟੈਂਟ ਇਲਾਕੇ ਮੇ ਜਹਾਂ ਏਕ ਏਕ ਇੰਚ ਜ਼ਮੀਨ ਲੋਗੋਂ ਕੋ ਕਿਸੀ ਚੀਜ਼ ਕੇ ਲਈ ਨਹੀਂ ਮਿਲਤੀ ਹੈ, ਵਹਾਂ ਪਰ ਇੱਕ ਇਤਨੀ ਸ਼ਾਨਦਾਰ ਇਮਾਰਤ ਮੇ, ਦੋ ਇਤਨੀ ਸ਼ਾਨਦਾਰ ਬਿਲਡਿੰਗਸ ਮੇ, ਤਿੰਨ ਤਿੰਨ ਫਲੋਰ ਮੇ ਹਮ ਇੱਕ ਵਾਹਿਗੁਰੂ ਜੀ ਕੇ ਉੱਪਰ ਇੱਕ ਮਿਊਜ਼ੀਅਮ ਕੀ ਸ਼ੁਰੂਆਤ ਕਰ ਰਹੇ ਹੈ, ਮਿਊਜ਼ੀਅਮ ਕਾ ਸ਼ਿਲਾਨਿਆਸ ਕਰ ਰਹੇ ਹੈ। ਇਹ ਵਾਹਿਗੁਰੂ ਕੀ ਮਰਜ਼ੀ ਕੇ ਬਿਨਾ ਨਹੀਂ ਹੋ ਸਕਤਾ ਥਾ। ਸਤਿ ਸ਼੍ਰੀ ਅਕਾਲ। ਇਹ ਸ਼ਾਇਦ ਵਾਹਿਗੁਰੂ ਜੀ ਕਾ ਆਦੇਸ਼ ਹੀ ਹੈ। ਆਪ ਖੁਦ ਦੇਖ ਲੀਜੀਏ, ਆਪ ਸਭ ਲੋਕ ਯਹਾਂ ਰਹਿਤੇ ਹੈ, ਆਸ ਪਾਸ ਕੇ ਇਲਾਕੋਂ ਮੇ ਹੀ, ਯਹਾਂ ਅਗਰ ਆਪਕੋ ਏਕ ਇੰਚ ਜ਼ਮੀਨ ਵੀ ਚਾਹੀਏ ਤੋ ਨਾ DDA ਸੇ ਨਿਕਲੇਗੀ, ਨਾ ਦਿੱਲੀ ਸਰਕਾਰ ਸੇ ਨਿਕਲੇਗੀ, ਨਾ ਕਹੀਂ ਸੇ ਨਿਕਲੇਗੀ। ਲੇਕਿਨ ਜਬ ਵਾਹਿਗੁਰੂ ਕੀ ਮਰਜ਼ੀ ਹੋਤੀ ਹੈ ਤੋ ਤਿੰਨ ਤਿੰਨ ਫਲੋਰ ਕੀ ਦੋ ਟਾਵਰ ਇੱਕਦਮ ਸਜੀ ਹੋਈ ਮਿਲ ਜਾਤੀ ਹੈ, ਰੈਡੀਮੇਡ। ਤੋ ਜਬ ਰੱਬ ਕੀ ਮਰਜ਼ੀ ਹੈ ਫਿਰ ਤੋ ਹੋ ਕੇ ਰਹੇਗਾ, ਉਹ ਚੀਜ਼ ਫਿਰ ਜ਼ਮੀਨ ਕੀ ਕਮੀ ਸੇ ਨਹੀਂ ਰੁਕਤੀ। ਰੱਬ ਕੀ ਮਿਹਰ ਹੈ ਕਿ ਆਪਕੇ ਆਸ਼ੀਰਵਾਦ ਸੇ ਅੱਜ ਦਿੱਲੀ ਮੇ ਸਰਕਾਰ ਮੇ ਬੈਠੇ ਹੈ, ਔਰ ਦਿੱਲੀ ਕੀ ਸਰਕਾਰ ਜਿਸ ਇਮਾਨਦਾਰੀ ਸੇ ਕਾਮ ਕਰ ਰਹੀ ਹੈ, ਬਾਕੀ ਰਾਜ ਸਰਕਾਰੋਂ ਮੇ ਕੋਈ ਲਾਖ 10 ਲੱਖ ਰੁਪਏ ਕੇ ਵੀ ਕੋਈ ਪ੍ਰੋਜੈਕਟ ਹੋ ਤੋ ਪੈਸੇ ਕੀ ਕਮੀ ਪੜੀ ਰਹਿਤੀ ਹੈ ਹਮੇਸ਼ਾ, ਪਰ ਸ਼ਾਇਦ ਇਹ ਵੀ ਉੱਪਰ ਵਾਲੇ ਕੀ ਮਿਹਰਬਾਨੀ ਹੈ ਕਿ ਦਿੱਲੀ ਸਰਕਾਰ ਕੇ ਪਾਸ ਪੈਸੇ ਕੀ ਕਮੀ ਵੀ ਨਹੀਂ ਹੈ। ਹਮਾਰੇ ਟੀਮ ਕੇ ਲੋਕ ਜਿਤਨਾ ਪੈਸਾ ਜਬ ਮੰਗਤੇ ਹੈ ਕਿ ਜੀ ਹਾਂ ਮਿਊਜ਼ੀਅਮ ਬਣਾਉਣਾ ਹੈ, ਮੈਂ ਉਤਨਾ ਦੇ ਦੇਤਾ ਹੂੰ, ਮੁਝੇ ਕੋਈ ਕਮੀ ਅੱਜ ਤੱਕ ਨਹੀਂ ਪੜੀ। ਬਰਕਤ ਹੀ ਬਰਕਤ ਹੈ ਕਹਤੇ ਹੈ। ਤੋ ਜ਼ਮੀਨ ਹੋ ਗਈ, ਪੈਸਾ ਹੈ, ਕਾਮ ਕਰਨੇ ਵਾਲੀ ਇੱਕ ਸ਼ਾਨਦਾਰ ਟੀਮ, ਹਮਾਰੇ ਜਨਰਲ ਸਿੰਘ ਜੀ ਔਰ ਗੁਰਬੇਜ ਜੀ ਔਰ ਤਮਾਮ ਭਾਈ, ਕਾਲਕਾ ਜੀ ਹਮਾਰੇ ਬੈਠੇ ਹੈ, ਰਾਜੇਸ਼ ਸ਼ਿਸ਼ੀ ਜੀ ਬੈਠੇ ਹੈ ਯਹਾਂ, ਔਰ ਤਮਾਮ ਹਮਾਰੇ DTDC ਕੇ ਲੋਕ ਹੈ, ਹਮਾਰੇ ਪੰਜਾਬੀ ਅਕੈਡਮੀ ਕੇ ਲੋਕ ਹੈ, ਇੱਕ ਅੱਛੀ ਕਾਮ ਕਰਨੇ ਵਾਲੀ ਟੀਮ ਵੀ ਹੈ। ਤੋ ਬਸ ਅਬ ਤੋ ਇਹ ਮਿਊਜ਼ੀਅਮ ਬਣ ਕੇ ਰਹੇਗਾ, ਔਰ ਇਤਨਾ ਸ਼ਾਨਦਾਰ ਇਸਕੀ ਸ਼ੁਰੂਆਤ ਹੋਈ ਹੈ ਯਹਾਂ ਪੇ। ਮੈਂ ਆਪ ਸਭਕੋ ਸ਼ੁਭਕਾਮਨਾਏ ਦੇਤਾ ਹੂੰ, ਔਰ ਮੈਂ ਉੱਪਰ ਵਾਲੇ ਸੇ ਦੁਆ ਕਰਤਾ ਹੂੰ, ਪ੍ਰਾਰਥਨਾ ਕਰਤਾ ਹੂੰ ਕਿ ਆਪ ਸਭਕੇ ਜੀਵਨ ਮੇ ਯਹਾਂ ਸਭਕੇ ਜੀਵਨ ਮੇ ਖੁਸ਼ੀਆਂ ਲਾਏ, ਔਰ ਯਹਾਂ ਹਮ ਔਰ ਹਮਾਰੇ ਬੱਚੇ ਔਰ ਆਨੇ ਵਾਲੀ ਨਸਲੇ, ਪੂਰੀ ਕੌਮ ਯਹਾਂ ਆ ਕੇ, ਪੂਰੀ ਮਾਨਵ ਜਾਤੀ ਯਹਾਂ ਆ ਕੇ ਇਸ ਮਿਊਜ਼ੀਅਮ ਕੇ ਜ਼ਰੀਏ ਗੁਰੂ ਸਾਹਿਬ ਕੇ ਸੰਦੇਸ਼ ਸੇ, ਉਨਕੇ ਜੀਵਨ ਸੇ, ਸਰਵ ਸਾਂਝਾ ਸੇ, ਸਭ ਸਭ ਲੋਕ ਯਹਾਂ ਆਏ ਔਰ ਉਸੇ ਪ੍ਰੇਰਣਾ ਲੈ ਕੇ ਜਾਏ, ਉਸਕਾ ਲਾਭ ਉਠਾਏਂਗੇ। ਹਮ ਸਭਕੇ ਜੀਵਨ ਮੇ ਵੋ ਬਦਲਾਵ ਜੋ ਪੋਜ਼ਿਟਿਵ ਬਦਲਾਵ ਚਾਹੀਏ ਵੋ ਸਭ ਆਏ। ਅੱਜ ਪਿਛਲੇ 5 ਸਾਲ ਸੇ ਦਿੱਲੀ ਮੇ ਸਰਕਾਰ ਚੱਲ ਰਹੀ ਹੈ, ਔਰ ਸ਼ਾਇਦ ਦੇਸ਼ ਕੀ ਪਹਿਲੀ ਐਸੀ ਸਰਕਾਰ ਹੈ ਜਿਸਨੇ ਐਜੂਕੇਸ਼ਨ ਕੋ ਇੱਕ ਐਸਾ ਮੁੱਦਾ ਬਣਾ ਦਿਆ ਹੈ ਕਿ ਅਬ ਤੋ ਚੁਣਾਵ ਵੀ ਐਜੂਕੇਸ਼ਨ ਕੇ ਨਾਮ ਪੇ ਕਰਨੇ ਹੀ ਪੜੇਂਗੇ ਲੋਗੋਂ ਕੋ। ਇਸ ਦੇਸ਼ ਮੇ ਮੁਝੇ ਤੋ ਹਮੇਸ਼ਾ ਗੁਰੂ ਸਾਹਿਬ ਕੀ ਮੈਂ ਲਿਖੀ ਹੋਈ ਸਭਸੇ ਬੜੀ ਬਾਤ ਕਿ ਗੁਰੂ ਮਾਨਿਓ ਗ੍ਰੰਥ, ਗਿਆਨ ਕੋ ਅਗਰ ਆਪ ਗੁਰੂ ਨਹੀਂ ਮਾਨਤੇ ਤੋ ਫਿਰ ਕਿਸ ਕੋ ਗੁਰੂ ਮਾਨੋਗੇ, ਔਰ ਗਿਆਨ ਮਤਲਬ ਅਗਰ ਉਸਕੋ ਥੋੜਾ ਸਾ ਐਕਸਟੈਂਡ ਕਰਕੇ ਦੇਖੇਂ ਤੋ ਗਿਆਨ ਅਰਜਿਤ ਕਰਨੇ ਕੀ ਸਾਰੀ ਉਮਰ ਸ਼ਿਕਸ਼ਾ ਕੇ ਦੌਰ ਮੇ ਹੋਤੀ ਹੈ। ਤੋ ਅਗਰ ਐਜੂਕੇਸ਼ਨ ਪੇ ਕਾਮ ਨਹੀਂ ਕੀਆ ਤੋ ਫਿਰ ਕਿਆ ਰਾਜਨੀਤੀ ਕੀ ਔਰ ਕਿਆ ਸਰਕਾਰ ਚਲਾਈ। ਲੇਕਿਨ ਅੱਜ 5 ਸਾਲ ਬਾਅਦ ਬੜੀ ਸੰਤੁਸ਼ਟੀ ਸੇ ਕਹਿ ਸਕਤਾ ਹੂੰ, ਕੌਨਫੀਡੈਂਸ ਸੇ ਕਹਿ ਸਕਤਾ ਹੂੰ ਕਿ ਦਿੱਲੀ ਕੇ ਏਕ ਏਕ ਬੱਚੇ ਕੇ ਲੀਏ ਬੜੀਆ ਐਜੂਕੇਸ਼ਨ ਕਾ ਇੰਤਜ਼ਾਮ ਕਰਕੇ 5 ਸਾਲ ਪੂਰੇ ਕਰ ਰਹੇ ਹੈ। ਵੋ ਚਾਹੇ ਸਰਕਾਰੀ ਸਕੂਲੋਂ ਮੇ ਪੜ੍ਹਤੇ ਹੋਂ, ਜਹਾਂ ਪਹਿਲੇ ਮਕੜੀ ਕੇ ਜਾਲੇ ਲਗੇ ਰਹਤੇ ਥੇ, ਜਹਾਂ ਸਰਕਾਰੀ ਸਕੂਲੋਂ ਕੇ ਮੇ ਕੋਈ ਆਪਣੇ ਬੱਚੋਂ ਕੋ ਪੜ੍ਹਾਉਣਾ ਨਹੀਂ ਚਾਹਤਾ ਥਾ, ਆਜ ਸਰਕਾਰੀ ਸਕੂਲੋਂ ਕੀ ਹਾਲਤ ਵੀ ਇਹ ਹੋ ਗਈ ਹੈ ਕਿ ਲੋਕ ਯਹੀਂ ਪੜੋਸ ਮੇ ਰੋਹਣੀ ਮੇ ਦਵਾਰਕਾ ਮੇ ਜਹਾਂ ਨਏ ਸਕੂਲ ਬਣਵਾਏ, ਕਈ ਜਗ੍ਹਾ ਨਏ ਨਏ ਸਕੂਲ ਬਣਵਾਏ, ਬਾਜੂ ਕੇ ਬੜੇ ਬੜੇ ਪ੍ਰਾਈਵੇਟ ਸਕੂਲੋਂ ਸੇ ਨਿਕਾਲ ਕੇ ਲੋਕ ਸਰਕਾਰੀ ਸਕੂਲੋਂ ਮੇ ਆਪਣੇ ਬੱਚੇ ਕੋ ਦਾਖਿਲ ਕਰਾ ਰਹੇ ਹੈ। ਯੇ
ऊपर वाले की मेहर के बिना नहीं हो सकता था। हम लोग बहुत छोटे लोग हैं, हमारे जरिए, सरकार के जरिए ये काम करा रहे हैं, ये सब गुरु की आज्ञा से हो रहा है। आज प्राइवेट स्कूल पिछले 5 साल से, जो प्राइवेट स्कूल हर साल 10-15-20% फीस बढ़ा देते थे, 5 साल से फीस नहीं बढ़ा पा रहे हैं। ऊपर सरकार बैठी है और जिसका एक ही मानना है कि भाई शिक्षा में धंधा नहीं चलेगा, एजुकेशन में धंधा नहीं चलने देंगे, क्योंकि गुरु साहब ने कह दिया है गुरु मानियो ग्रंथ, शिक्षा को ग्रंथ मानना है, शिक्षा ही गुरु है। तो एजुकेशन पे काम हो रहा है। दिल्ली देश का पहला राज्य है जहां महिलाओं के लिए पब्लिक ट्रांसपोर्ट फ्री हुआ है, दुनिया का पहला शहर है जहां महिलाओं के लिए पूरी तरह से पब्लिक ट्रांसपोर्ट फ्री हो गया है, दुनिया का पहला शहर है जहां 200 यूनिट तक बिजली मुफ्त कर दी गई है, जहां तीर्थ यात्राएं कराई जा रही हैं, जहां मोहल्ला क्लिनिक, स्कूल, अस्पताल सब ऐसे हो गए हैं कि बस हाँ सरकार कर देती है, सरकार कर सकती है। तो ये सब मैं इसलिए कह रहा हूं क्योंकि ये ईश्वर की कृपा के बिना नहीं हो सकता, ये ऊपर वाले की मेहरबानी के बिना नहीं हो सकता। मनीष सिसोदिया 5 साल पहले कोई नहीं जानता था, अरविंद केजरीवाल को कौन जानते थे 5-6-7 साल पहले। आज राजेश ऋषि जी बैठे हैं, कालका जी बैठे हैं, यहाँ पे हमारे 2 विधायक साथी हैं, जर्नल भाई हैं, जर्नलिस्ट थे, लेकिन फिर भी इतने बड़े बड़े काम कराने के लिए तो कोई नहीं जानता था। तो आज कहीं ना कहीं ऊपर वाले की कुछ मर्जी है और उसको दिल्ली ने, आप सब लोगों ने इतना प्यार, इतना सम्मान दिया। अभी थोड़ी देर पहले मैं 5 साल का रिपोर्ट कार्ड जारी करके आ रहा हूँ, आपसे यही कह के जाऊँगा कि 5 साल तो शुरुआत है, ये शिक्षा का काम आगे भी जारी रखना है, ये प्राइवेट स्कूलों की फीस पे कंट्रोल आगे भी जारी रखना है, ये सस्ती बिजली आगे भी जारी रखनी है, ये तीर्थ यात्राएं आगे भी जारी रखनी है, और जैसे जनरल भाई ने कहा कि आज शिलान्यास किया है, कल उद्घाटन भी करना है। आप सबकी कृपा रहेगी, आप सबका प्यार रहेगा, आप सबका सम्मान रहेगा, तो निश्चित रूप से यही टीम आके इसका उद्घाटन भी करेगी। सत श्री अकाल, बस हो गया, अब तो जयकारा लग गया, अब तो फतेह हो गई। तो मैं इसलिए कह रहा था कि हम तो आस्था वाले लोग हैं, ऊपर वाले में खूब आस्था रखते हैं और एकदम ये छोड़ के चलते हैं। इन्होंने बहुत पीछे सीबीआई छोड़ी, ईडी छोड़ी, पुलिस लगा रखी थी, 20-20 विधायकों पे मुकदमे कर दिए, मान्यता रद्द करने की बात आ गई, जी सदस्यता रद्द कर देंगे, लेकिन हमने तो ऊपर वाले के सामने कहा जी अपने लिए कर रहे हो तो बता देना, सजा दे देना, आपके लिए जो आदेश है उसके अनुसार चल रहे हो तो मेहर बना के रखना। 5 साल से मेहर बना के रखी हुई है। तमाम मेरे घर पे सीबीआई की रेड हुई, अंत में सीबीआई को लिख के देना पड़ा जी कुछ भी नहीं निकला, अंग्रेजी में उन्होंने लिखा है नथिंग सब्सटेंशियल फाउंड इन दिस केस। सीबीआई कभी किसी मिनिस्टर के यहां रेड डाले और 4 महीने बाद ये कागज लिख के दे दे, पहली बार ऐसा हुआ, परमात्मा का आशीर्वाद है। तो आज आप सबके प्यार, आप सबके सम्मान की बदौलत 5 साल पूरे किए हैं और इस उम्मीद में कि आप अगले 5 साल भी इसी प्यार और इसी सम्मान के साथ में, वही आदर के साथ में वही काम फिर से सौंपेंगे। मैं आपको बहुत बहुत धन्यवाद देता हूँ। मुझे जनरल भाई कह रहे थे कि जी हम तो सोच रहे थे आप 6 बजे आओगे, पर क्या करूं, नए नए राजनीति में आए हैं ना, अभी आदत नहीं पड़ी लेट आने की। अभी 5 बजे का टाइम देके फिर लगता है 5 बजे अगर नहीं पहुंचे तो पेट में दर्द होने लगता है, दिमाग में दर्द होने लगता है, नहीं यार हम पागल हैं, लोग पागल हैं क्या 5 बजे पहुंच गए होंगे वहां पे, नहीं टाइम से पहुंचना चाहिए। तो मैं तो 5 ही बजे आ गया था जी, 5 बजे के लिए कहा गया था, अब आप लोगों को बता देना चाहिए था कि 6 बजे आना है, पर अच्छा लगा इतनी बड़ी संख्या में आप लोग यहाँ पे आए। ये भव्य नज़ारा, इसकी बिल्डिंग का रिनोवेशन होगा पूरा, और मैं समझता हूँ ये जो अभी बम्बू वगैरह लगाए गए हैं, हाँ जी, ये सब भी इससे हटेंगे और तीनों नया डिज़ाइन इसका करेंगे, और दोनों टावर्स के बीच में, दोनों टावर्स के तीनों तीनों फ्लोर्स पर जब हम इनकी यात्रा करके निकलेंगे अगली बार जब आएंगे,
और इनकी यात्रा अंदर से करके निकलेंगे तो एक अलग स्पिरिचुअल माहौल में, एक अलग वातावरण में निकलेंगे, और यहाँ आने वाला हर व्यक्ति अपने आप में एक अलग स्पिरिचुअल वातावरण में निकलेगा। ऐसी मेरी प्रार्थना है, ऐसी मेरी दुआएं हैं। बहुत बहुत धन्यवाद आपका, बहुत बहुत नमस्कार। नमस्कार सर।